ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਜਿਵੇਂ ਆਪਾਂ ਵਲੋਗ ਪਾਇਆ ਸੀ ਜੀ ਟਾਕਰ ਨੇ ਨੀ ਗੁਰੂ ਘਰ ਦਾ ਬਾਈ ਦੀਪ ਸਿੱਧੂ ਦੀ ਯਾਦ ਦੇ ਵਿੱਚ ਆਪਾਂ ਉੱਥੇ ਸ਼ਰਧਾਂਜਲੀ ਸਮਾਰੋਹ ਰੱਖਿਆ ਸੀ ਅਤੇ ਅੱਜ ਆਪਾਂ ਸੇਮ ਸਮਾਰੋਹ ਰੱਖਿਆ ਵਾ ਜੀ ਇੱਥੇ ਕੋਲਮਾ ਰੋਡ ਪਾਪਾ ਟੋਇਟਾ ਔਕਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ। ਅਤੇ ਅੱਜ ਦਾ ਵਲੋਗ ਮੈਂ ਉਸ ਚੀਜ਼ ਦੇ ਉੱਤੇ ਬਣਾਉਣ ਲੱਗਾ ਜੀ। ਪਲੀਜ਼ ਮੈਂ ਪਹਿਲਾਂ ਹੀ ਕਲੀਅਰ ਕਰਦਾਂ ਕਿ ਇਹ ਜਿੰਨੇ ਵੀ ਆ ਮੈਂ ਵਲੋਗ ਬਣਾ ਰਿਹਾ ਵਾਂ ਇਹ ਕੋਈ ਵੀਡੀਓਜ਼ ਵਿਊਜ਼ ਜਾਂ ਉਹ ਚੀਜ਼ਾਂ ਕਰਕੇ ਨਹੀਂ ਬਣਾ ਰਿਹਾ ਜੀ। ਇਹ ਬਾਈ ਦੀ ਆਤਮਾ ਦੀ ਸ਼ਾਂਤੀ ਲਈ ਆਪਾਂ ਜਿੱਥੇ ਜਿੱਥੇ ਵੀ ਅਰਦਾਸਾਂ ਬੇਨਤੀਆਂ ਕਰ ਰਹੇ ਹਾਂ ਉਹ ਸਾਰੀ ਦੁਨੀਆ ਨੂੰ ਅਸੀਂ ਇਹ ਵਿਖਾਉਣਾ ਚਾਹ ਰਹੇ ਹਾਂ ਵੀ ਤੁਸੀਂ ਵੀ ਇਹ ਚੀਜ਼ ਉੱਥੇ ਕਰੋ ਆਪੋ ਆਪਣੇ ਮੁਲਕਾਂ ਦੇ ਵਿੱਚ ਤਾਂ ਜੋ ਕਿ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੀ ਇਹ ਕੰਮ ਕਰਨਾ ਪੈਣਾ ਤਾਂ ਜੋ ਕਿ ਬਾਈ ਦੇ ਘਰਦਿਆਂ ਤੱਕ ਵੀ ਮੈਸੇਜ ਪਹੁੰਚੇ ਕਿ ਜਿਹੜਾ ਬਾਈ ਸੀ ਉਹਦੇ ਕਰਕੇ ਆਪਾਂ ਸਾਰੇ ਇੱਕ ਯੂਨਾਈਟ ਦੁਬਾਰਾ ਕਰ ਗਿਆ ਉਹ ਸਾਨੂੰ ਜਾਂਦਾ ਜਾਂਦਾ ਵੀ। ਤਾਂ ਉਹਨੂੰ ਅਸੀਂ ਅਮਰ ਰੱਖਣਾ ਆਪਣੀਆਂ ਅਰਦਾਸਾਂ ਬੇਨਤੀਆਂ ਦੇ ਵਿੱਚ ਆਪਣੀਆਂ ਯਾਦਾਂ 'ਚ ਆਪਣੀਆਂ ਗੱਲਾਂ 'ਚ। ਤਾਂ ਬਾਈ ਦੀਪ ਸਿੱਧੂ ਨੂੰ ਦਿਲੋਂ ਸਲੂਟ ਆ ਜੀ ਅਤੇ ਆਪਾਂ ਕਰਦੇ ਹਾਂ ਜੀ ਸ਼ੁਰੂ। ਆਪਾਂ ਗੁਰੂ ਘਰ ਆ ਗਏ ਹਾਂ ਜੀ ਅਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਆ ਉਹ ਚੈੱਕ ਕਰ ਰਹੇ ਹਾਂ ਕੰਟਰੀ ਦੇ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ। ਮਾਸਕ ਪਾਣੀ ਆਪਾਂ ਇੱਥੇ ਪਹਿਲਾਂ ਕਰਤਾ ਸਾਡੀ ਟੀਮ ਦੇ ਮੈਂਬਰਸ ਨੇ ਜੀ ਇਹ ਇੱਥੇ ਪਹਿਲਾਂ ਇਹ ਚੀਜ਼ ਦਾ ਧਿਆਨ ਰੱਖ ਰਹੇ ਆ। ਅੱਗੇ ਪਾਠ ਅੰਦਰ ਆਰੰਭ ਹੋ ਚੁੱਕਾ ਹੈ ਜੀ ਬਸ ਹੁਣ ਅੰਦਰ ਦਰਬਾਰ ਦੇ ਅੰਦਰ ਚੱਲਦੇ ਹਾਂ ਦਰਬਾਰ ਦੇ ਅੰਦਰ ਚੱਲਦੇ ਹਾਂ ਜੀ ਹੁਣੇ ਅਤੇ ਬਾਈ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਆਪਾਂ ਬਸ ਪਾਠ ਅੰਦਰ ਆਰੰਭ ਕਰਤਾ ਵਾ ਬਾਬਾ ਜੀ ਨੇ ਗੁਰੂ ਘਰ ਅਤੇ ਅੰਦਰ ਚੱਲਦੇ ਹਾਂ ਜੀ। ਸੰਗਤ ਆਉਣੀ ਸ਼ੁਰੂ ਹੋ ਗਈ ਹੈ ਜੀ ਇੱਥੇ ਇਹਨਾਂ ਵੀਰਾਂ ਦੀ ਸੇਵਾ ਲੱਗੀ ਹੈ ਜੀ ਇੱਥੇ ਵੈਕਸੀਨ ਪਾਸ ਚੈੱਕ ਕਰਨ ਦੀ ਕਿ ਕੋਈ ਵੀ ਜਨ ਚਾਖਿਆ ਸੇ ਜਨ ਕਰਤਾਮੇ ਪੂਰਨ ਪੁਰਖ ਨਹੀਂ ਬਲਾਮੇ ਸੁਭਰ ਕਹੇ ਪ੍ਰੇਮ ਰਥ ਰੰਗ ਜੇ ਚਾਉ ਦਾਸ ਕੇ ਸੰਗ ਪਰੇ ਸੰਗ ਆਨ ਸਭਿਆਗ ਅੰਤਰ ਪ੍ਰਗਾ ਸੰਗ ਦੇ ਲਾਗ ਬੜ ਭਾਗੀ ਜਪਿਆ ਕੰਮ ਹੋਏ ਨਾਨਕ ਨਾਮ ਤੇ ਸੁਖ ਹੋਏ ਦੇਵ ਕੀ ਮਨਸਾ ਪੂਰੀ ਕਈ ਸਤਿ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇ ਦਿਆਲ ਦੇਵ ਕੀ ਮਨਸਾ ਨਿਹਾਲ ਵੰਦਨ ਕਾਟ ਮੁਕਤ ਜਨ ਪਿਆ ਜਨ ਮਨ ਦੁਖ ਭੰਗੈ ਉਸਰੇ ਦੇ ਕੀ ਆ ਜਾਂਦੇ ਤੁਮਰੀ ਗਤ ਮਿਤ ਤੁਮਰੀ ਜਾਣੀ ਸਦਾ ਕੁਰਬਾਨੀ ਸਰਵਸੰਗਤ ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕੀਤਾ ਮਹਾਰਾਜ ਕੁਲਤਾ ਸੁਖਰਾਸ ਕਾਮ ਕੋਵਿਦ ਨਾ ਕੂਲਾ ਕੇ ਡਾਂਕੀ ਪ੍ਰਵਾ ਕੇ ਅਰਦਾਸ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਸਭ ਥਾਈ ਹੋਈ ਸਹਾਇ ਦਸਾ ਪਾਸ਼ਿਆਂ ਦੇ ਪਾਵਨ ਸਰੂਪ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅਜਾ ਪਿਆਰੀਆ ਚੌਹਾਂ ਸਾਹਿਬਜ਼ਾਦਿਆ ਚਾਰੀਆ ਮੁਕਤੀਆਂ ਹੱਡੀਆਂ ਜਪੀਆਂ ਦਬਿਆ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਵਪਾਰੀ ਦੇਖ ਕੇ ਡਿਟਕੀ ਦਾ ਦਿਲਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਖੇ ਵਗਵੰਦ ਪਟਾਏ ਖੋਪੜੀਆਂ ਲੁਹਾਈਆਂ ਚੱਕੜੀਆਂ ਚੜੇ ਆਰਿਆਂ ਚੜਾਏ ਗਏ ਗੁਰਦੁਆਰਿਆਂ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇਸਾ ਸੁਆਸਾਂ ਦੇ ਨਾਲ ਨਿਵਾਰੀ ਤਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਿਆ ਵੈ ਜਿਤਿਆ ਬਿਨਕਾ ਸੁਰਤਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆ ਜੋ ਦੇਵ ਦੇਵ ਫਤਿਹ ਬਿਰਧ ਦੀ ਵੈਦ ਪੰਖੀ ਦੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿਕਾ ਨੂੰ ਸਿਕੀ ਦਾਨ ਕੇ ਸਦਾਨ ਰਹਿਦਾਨ ਵੇਦ ਦਾਨ ਸਾਹੁਦਾਨ ਭਰੋਸਾ ਦਾਨ ਨਾਨਾ ਸਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੰਗੋ ਜੁਗਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀਵਾ ਮਤੁਸੀ ਮਤ ਪਾਤਾ ਰਾਤਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਨਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਵਾਣਿਆਂ ਦੇ ਵਾਣ ਨਿਤਾਣਿਆਂ ਦੇ ਤਾਣ ਦੇ ਉੱਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਚੰਨਾ ਕੰਗਾ ਪਾਸ ਅਰਦਾਸ ਬੇਨਤੀ ਹੈ ਆਪ ਆਪਣੇ ਦਰ ਦੇ ਪ੍ਰਵਾਨ ਕਰਨੀ ਸੂਰਾ ਸੋ ਮਹਿਤਾ ਨਹੀਂ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਅਭੂ ਨਾ ਛਾੜੇ ਖੇਤ ਗਮਨ ਦਮਾ ਮਾਪਾ ਜਿਓ ਪਰਿਓ ਨਿਸ਼ਾਨੇ ਘਾਵ ਖੇਤ ਜੋ ਮਾਂਡਿਓ ਸੂਰਮਾ ਆਪ ਜੋ ਜਨ ਕੋ ਦਾਵ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਰਦਾਰ ਦੀਪ ਸਿੰਘ ਜੀ ਸਿੱਧੂ ਜੋ ਆਪ ਜੀ ਦੇ ਭਾਂਡੇ ਅੰਦਰ ਕੁਝ ਸਮਾਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਜਾ ਵਰਾਜੇ ਹਨ ਸਮੂਹ ਸੰਗਤ ਰਲ ਮਿਲ ਕਰਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਸਮੂਹ ਸੰਗਤ ਨੇ ਇਕੱਤਰ ਹੋ ਕੇ ਸੁਖਮਨੀ ਸੁਖਮ ਪ੍ਰਗਨਾ ਭਗਜਨਾ ਕੇ ਮਨ ਵਸਰਾ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਭਾਉਣੇ ਕੀਤੇ ਹਨ ਉਹਨਾਂ ਦੀ ਸੋਚ ਤੇ ਪਹਿਰਾ ਦਿੱਤਾ ਹੈ ਸਮੂਹ ਸੰਗਤਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਸੱਚੇ ਪਾਤਸ਼ਾਹ ਜੀਓ ਬਲ ਬੁੱਧੀ ਬਖਸ਼ਿਸ਼ ਕਰਨੀ ਕਿ ਉਹਨਾਂ ਦੀ ਸੋਚ ਤੇ ਸਮੂਹ ਸੰਗਤਾਂ ਚੱਲ ਸਕਣ ਪਹਿਰਾ ਦੇ ਸਕਣ ਸਮੂਹ ਸੰਗਤਾਂ ਦੀ ਹਰ ਮਦਾ ਨੇ ਫਤਿਹ ਕਰਨੀ ਪਰਿਵਾਰਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਚੜ੍ਹਦੀ ਕਲਾ ਰੱਖਣੀ ਆਰਮਦਾ ਨੇ ਫਤਿਹ ਕਰਨੀ ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਬਹਿ ਜਾ ਕੇ ਮਨਾਏ ਜਾਂਦੇ ਹਨ
आप अंगीकार करो। लोक ते परलोक पढ़ते गजरे चढ़ती कला रखनी आप दी बेहजो अमृत कड़ा प्रसादी देव सज के हाजर है आप जी दे दर प्रवान होवे दर प्रवान होया प्रसाद साध संगत विच वरतौन दी आग्या बख्शिश करो जी आप अपने अलाही हुक्म नावे बख्श के संगता नू निहाल करो सही प्यारे में जिना मिलिया आप जी का नाम चित आवै नानक नाम चढ़ती कला तेरे पाणी सरबत दा वाहिगुरु जी का खालसा वाहिगुरु जी की फतेह आग्या पई अकाल की तबे चलायो पंत सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरा की देह जो प्रभु को मिल बोचै राज करेगा खालसा आकी रहे न कोए पवार हुए सब मिलेंगे बचे शरण जो होए वाहिगुरु नाम जाज है चढ़े सूतरे पार जो चढ़ा कर से गुरु जी का खालसा वाहे गुरु जी की फतेह
ਆਪਣਾ ਜਦੋਂ ਇਨਸਾਨ ਦੁਨੀਆ ਤੋਂ ਚਲੇ ਜਾਂਦਾ ਉਹਦੀ ਫਿਰ ਕਦਰ ਪਾਉਂਦੇ ਆ ਜਦੋਂ ਇਨਸਾਨ ਆਪਣੇ ਵਿੱਚ ਵਿਚਰਦਾ ਹੈ ਕਈ ਕਈ ਸਾਲ ਵਿਚਰਦਾ ਹੈ ਆਪਾਂ ਉਹਨਾਂ ਨੂੰ ਅਣਗੌਲਿਆਂ ਕਰ ਨਹੀਂ ਗਏ ਆ ਇਹਦੇ ਪੱਥਰਾਂ ਦੇ ਵਿੱਚ ਪੈ ਜਾਂਦੇ ਨੇ ਆਪਣੀ ਸੋਚ ਨੂੰ ਇੰਨਾ ਉੱਚਾ ਆਪਾਂ ਰਾਸਤੇ ਵਿੱਚ ਰੋਜ਼ ਆਪਣੀ ਸੋਚ ਮੱਤ ਉੱਚੀ ਮੰਗਦੇ ਹਾਂ अपनी सोच में इन्ना चुचा रखो कि नैगेटिविटी जो कोई फैला है तो वो अपने अंदर दिमाग के लिए ना आने दिता जाए वीर सिद्धू जी प्रति भी नैगेटिविटी फैलाई गई पहलों जिस जिस करके मैं मोर्चे के लिए भी फैला ली गया मेरा कहने का मतलब अपनी सोच में इन्ना चुचा रखिए कि सौ काम आदमी चंगा करना एक काम प्रति नैगेटिविटी फैलती आप उस सौ काम भुल के अगर सुन लेंगे अज वो वीर साढ़े नहीं है तो मैं फिर भी बड़ी खुशी है क्योंकि सोच जी अभी बैठे हो इतने कुछ तो है एक होर गल है जी कि आपको कलम के नाल इगनोर कर इगनोर आप करना गा जिन्हों आप साबित करते हैं कि आप सही हैं ठीक है आपको किसी को साबित करने की लड़ नहीं कि आप सही हाँ तो आप सही हैं दीप सिद्धू भाई साबित करता करते ही चला गया ਉਹਦਾ ਜੇ ਕਿਤੇ ਉਹ ਉਹਨੂੰ ਲੋਕ ਆਪਣੇ ਨਾਂ ਨਿਮਦੇ ਉਹਦਾ ਹੋ ਸਕਦਾ ਉਹ ਇਸ ਤੋਂ ਪਹਿਲਾਂ ਕੀ ਕੁਛ ਕਰ ਜਾਂਦਾ ਤਾਂ ਉਹ ਆਪਣੇ ਲੋਕ ਹੀ ਉਹਨਾਂ ਨੂੰ ਗਲਤ ਕਹੀ ਗਏ ਠੀਕ ਹੈ ਅਤੇ ਆਪਾਂ ਨੂੰ ਕਿਸੇ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਆਪਾਂ ਨੂੰ ਸਿੱਖ ਇਲਮ ਨਾਲ ਜੁੜਨ ਦੀ ਲੋੜ ਹੈ ਜੀ ਜੋ ਵੀ ਆਪਣੀ ਜੇ ਹੁਣ ਆਪਣੇ ਕਈ ਵੀਰ ਭਾਈ ਆ ਮੈਂ ਵੀ ਕਈ ਵਾਰ ਕੋਈ ਪੋਸਟ ਪਾਉਣਾ ਜਾਂ ਕੋਈ ਵੀ ਵੀਡੀਓ ਪਾਉਣਾ ਉਹਦੇ 'ਤੇ ਗਲਤ ਕਮੈਂਟ ਆਉਂਦੇ ਆ ਆਪਾਂ ਨੂੰ ਗਲਤ ਕਮੈਂਟ ਦਾ ਰਿਪਲਾਈ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਇਗਨੋਰ ਕਰੋ जो भी बोलता ठीक है जिड़ी जिड़ी आप एनर्जी उन्होंने वेस्ट करते हैं वो ही आप चंगे पासे वर्त आपकी एनर्जी यूज करिए इसकी शुरुआत जी आप लगे हैं जी एक ऐसा नाम जिन्होंने आप सारे न्यूजीलैंड जानते हैं जी जिन्होंने हमेशा कम्यूनिटी वर्क के अगे होकर सारे का साथ दिता साढ़े नाल हर थान के मोटे तो मोटा ला के जुड़े तुरे आ साढ़े काफ़ी व्डे भाई है इतने पर उन्होंने मैं गुजारिश करा भाई दलजीत सिंह होरां नूं के जिहड़ी स्पीच दी स्टेज दी शुरुआत है वो भाजी कर भाजी प्लीज मैं सब तो पहला आप जिन्हें सारे मेरे वीर भैन भरा बजुर्ग सारे इतने आए हो सारे वाहेगुरू जी का खालसा वाहेगुरू जी की फतेह सब तो पहला न्यूजीलैंड साडा ये यूथ साडे ये भैन भरा जिन्होंने इस दर्द को समझते हुए सारे जाने कल भी अज भी तुसीं गुरु घर इकट्ठे हो के श्रद्धांजलि दे रहे हो आप सारे का बहुत बहुत धन्यवाद क्योंकि कल भी तकरीबन दो दर्जन के करीब बुलारे बोल रहे तो असी सारी प्रबंधक कमेटी ने फैसला किया कि ऐतकी तुसी सारी प्रबंधक कमेटी खड़े होकर सुनो क्योंकि टाइम दो सारे यूथ नू तकरीबन 30 साल इस कंट्री के सानू चलाउंदिआं हुए तो असी सुनीए कहना की चाहुंदा यूथ ताकि असी भी कई नवे टॉपिक जिहड़े तुहाडे व्यूज तुहाडे लैके क्योंकि प्रबंधक कमेटियां जिहड़ियां उह तां ही चलणगीआं कि यूथ जिहड़ा साडा चाहुंदा की है असी न्यूजीलैंड दे विच की देखिया 32 साल दे विच जिस टाइम ते असीं आए साडे सामने एक घलूघर 84 दा सी जिहनूं असीं देखिया होया सी उस घलूघरे तों बाद न्यूजीलैंड दे विच आण के ओह लहर जिहड़ी आ न्यूजीलैंड दे विच लगातार 94-95 तक चली जो पंजाब दे विच साडा कतलेआम होया जो सिखां दे नाल उत्थे साडे नाल भारत दे विच होया ओह सारा असीं अखी जिहड़ा सी ओह आप हंडाया होया सी अज असी की देख रहे हैं कि एकदम जिहड़ा कौम दे विच इह यूथ दे विच जज्बा क्यों आया क्योंकि 35 साल हो गए लगातार सिख कौम नूं कोई अजिहा लीडर नहीं मिल रहा सी यूथ नूं एकदम कोई लीडर जे तो माड़ी जी आस होई कि साडी कोई गल करन वाला कौम लई कोई धड़क कोई अजिहा बुलारा कौम वास्ते जिहड़ा एक ऐसो इशरत दी अपनी जिंदगी छड के कौम की गल करन वास्ते दुबारा उह साडे विच आण के एक बिल्कुल सादी लाइफ दे विच आण के पहला किसानी मोर्चे च आउंदा उहदे तों बाद दे विच उह साडे हितों की गल करता फिर वह पंजाब की गल करता फिर वह पंथ की गल करता करता वो इस हद तक पहुँच जाता कि वह साढ़े सारे दे जज्बातों टुंबन लग पैंदा ते जदों उन्हों कुछ ही दिनों में वह सारे पासे उहदी खबर पहुँचती है तुहानूं तो भी पता उत्थे की सिस्टम जिहड़ा चल रहा उस सिस्टम के दरम्यान वह जो वह होया आने वाले दिनों में सारिया परतां खुलणगियां
उन्होंने एक साढ़े यूथ के जिन्हें भी वो जिते एक दीप सिंह से वो जगह पर पता नहीं किन्ने दीप सिंह पैदा हुए तो याद होगा बहुत यूथ न 2005 न्यूजीलैंड सिमरनजीत सिंह मान जो टाका नैनी गुरद्वारा साहब के उद्घाटन से इतने आए थे उस तो बाद आप देखते हैं कि शायद कोई होर होप शायद कोई होर होप असी अपने अखां के सामने कई अजिहे जरनैल जिन्हां दे उपर कौम नूं आसा रखी आ वो जरनैल असी खोले उहदे विच कई साढ़े सौआं दे हज़ारां दे हिसाब नाल उठे पर पिछले कुछ सालों तो लगातार जिहदे उपर भी कौम ने आस रखी एंड ते धोखा दे के पिट चुरा मार के सानूं निराश करके चला गया तो जो कोई नवा उठता साड़ी होप होंगी अं एकदम वो मगर भजते सी कि शायद है कुछ ना कुछ यहोजा बंदा जिहड़ा पंथली कुछ करे विके ना यदि जबान जी थले ना यह हमेशा कौम का साथ दे पंजाबीए का साथ दे किसान का साथ दे किसान के मोर्चे ने सानू बाहरले बैठे कंट्रियों के सिखां नू जगाया पंजाबियों नू जगाया भारत नाल प्यार करन वालियां नू जगाया तो उस टाइम के उपर उहदा इन्ना कसर होया तुहानू पता कि वह एक लड़ाई जितने तो बाद असी स्ट्रोंग भी हुए तो अज जो साढ़े जज्बातों दोबारा खास तौर पर यूथ ने टुंबिया मैं ये कहांगा बहुत आने वाले समय के चेंजेस होनी है असी जो कल यूथ के देख रहे हैं कई तरह के डजन एंड डजन जिहड़े बुलारे आ टैलेंट आ तुहाडे कोल इस कंट्री के अगे वधो तुहाडे कोल जिन्हां कोल बोली हैगी आ चाहे वह पोलीटिक्स के मसले हो गए चाहे वह खुद पोलीटिकल पावर के जानदा होवे जर्नलिस्ट के होण वक् वक् विद्या के सैमीनार कितने भी तुम जिते भी इतों के बच्चे जोड़े इनपुट पा सकते हैं उन्होंने जोड़ा उन्होंने सपोर्ट करो साढ़े यूथ में जोड़ा खास तौर पर जिन्होंने लैंग्एज की प्रॉब्लम नहीं उन्होंने पहला एक बार धर्म अपना जी सभ्यता अपनी हिस्टरी वो दिखाने वो दसन शुरुआत करिए जी असी प्रबंधक कमेटियां रल के कोशिश करा ता कि आने वाले समय के जिते पंजाबीयत की गल कर उत्थे दीप सिद्धू वांगू वो भी क्योंकि उन्होंने एक चा से बुकों बन का उन्हें थोड़े समय में ही भवन लिटरेचर पढ़िया जिस दिन वो एक्सीडेंट भी होंगे फिर भी वो जी गड्डी के फतेहनामा मैगजीन निकलता क्योंकि वह कौम दिया गल्ला कौम दिया बातें पाउन लग पिया सो तुसी सारे जिन्हें साड़ी आस हो इस कंट्री के लंबे समय लिए आप हजे कई कुछ करना पर एकदम जो शॉर्ट टर्म लिए की कर सकते हो अभी हमने खड़े विचार कर रहे तो पता अज इलैक्शन है पंजाब के अज का दिन उत्थे शुरू हो जा रहा थोड़ी देर तक उत्थे लोग वोटां लई निकलणगे तुहाडे कोल बहुत लिमिटेड टाइम है हरेक मैंबर जिहड़ा न्यूजीलैंड दे जिहड़े जे तुसीं हज़ार भी हो तो पांच पांच नूं भी चेंज कर लगो अपने परिवार के मैंबरां नूं तो तुसीं अपना हिस्सा अज ही पा सकते हो तुहानूं लोड़ नहीं तुसीं अकाली दल नूं सपोर्ट करना कांग्रेस नूं करना आप नूं करना मान नूं करना तुसीं सिर्फ अपने इलाके दे विच इक कैंडीडेट लै लो जिहदे तुहानूं आस है कि यह तुहाडा कैंडीडेट जिहड़ा ये तुहाडी गल कर सकदा ये पंजाब की गल कर सकदा ये कौम की गल कर सकदा हर पार्टी दे विच कई अजिहे जिहड़े मैंबर हैगे आ सारियां पार्टियां जिहड़ियां माड़ियां भी नहीं जिहदे तुहानूं गिणती दे बंदे कुछ बंदे जिहड़े तुहानूं इहो जिहे लगदे आ कि यह 20 बंदे भी अगर अंदर होण तां पंजाब की गल जिहड़ी हो सकती है चेंज करनी शुरू करो जे आप अज सिमरन सिंह मान सारा पंथ इकट्ठा हो रहा अमरगढ़ के आप वोट पानी है तो आप भी ना करिए कि कोई अजिहा माड़ा कैंडी छोटा कैंडीडेट जी बिल्कुल जी उ पहचान नहीं सी आप अपनी जी सा पांच सत्त दस भी हज़ार पंथक वोट खराब कर लीए किसी होर जगह पर उत्थे होर जगह के उपर जिहड़ा इहो जिहा कैंडीडेट जिहड़ा तुहाडी गल कर सकदा कौम की गल कर सकदा पंजाब दे विच साडे मुलां दे उपर गिणे हुए कुछ लोग आ जिहड़े तुहाडी गल कर सकदे आ सो आप शुरुआत कर दीए ता कि अगली बार जो तुम ऐतकी 15 या 20 कैंडीडेट भी लेंदे हो अगली बार कैंडीडेट मजबूर हो जाए कि पंजाब की गल करांगे तां सानूं वोट पैनी है वो अपने आप ये मेरी आखिरी मंजिल नहीं दोबारा फिर बॉम्बे दे विच आया आके वकीलों के कोल बड़े बड़े वकीलों के कोल हरीश सालवे कोल अरुण जेतली होरां कोल राम जेठ मलानी कोल उन्हां कोल आके काम किया तो फिर सोचा कि मुंडा वकील बन के सुप्रीम कोर्ट च जाऊगा पैसे कमाऊगा कहिंदा हस के कहिंदा ये मेरी आखिरी मंजिल नहीं फिर उसने अपनी फर्म बनाई लॉ फर्म बनाई लैक्स लॉ बनाई उत्थे काम किया बड़े बड़े जिहड़े प्रोड्यूसर सहारा ग्रुप के टीवी के चैनलों के सोनी पिक्चर एकता कपूर नाल उन्होंने कॉन्ट्रैक्ट किए तो पूरे 40 बंदे की फर्म अपनी टॉप की बनाई तो कहते कि मुंडा हुण डालर छापू हस के वाहगुरु जी का खालसा वाहगुरु जी की फतेह सारे सत श्रीकाल जी तो अज आप एक पंजाब के नौजवान संदीप सिंह सिद्धू की जो अंतिम अरदास सारे शामिल हुए हैं
ਤੇ ਸਾਰੇ ਤਕਰੀਬਨ 10 ਹੀ ਰਹੇ ਨੇ ਤੇ ਮੇਰ ਆਪਣੇ ਵੱਲੋਂ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਤੇ ਸਾਡੇ ਨਾਲ ਜਿੰਨੇ ਵੀ ਐਸੋਸੀਏਟ ਕਲੱਬ ਨੇ ਉਹਨਾਂ ਵੱਲੋਂ ਦੀਪ ਸਿੱਧੂ ਨੂੰ ਇਸ ਸ਼ਰਧਾਂਜਲੀ ਦੇ ਫੁੱਲ ਭੇਟ ਕਰਦਾ ਤੇ ਉਸਦੇ ਪਰਿਵਾਰ ਨਾਲ ਸਾਡਾ ਬਹੁਤ ਹੀ ਸਤਿਕਾਰ ਤੇ ਪਰਮਾਤਮਾ ਅੱਗੇ ਇੱਕ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਤਾਂ ਸਾਰਿਆਂ ਨੂੰ ਪਤਾ ਹੀ ਹੈ ਇੱਥੇ ਤੁਸੀਂ ਮੈਨੂੰ ਨਹੀਂ ਲੱਗਦਾ ਮੇਰੇ ਸਾਰੇ ਹਮ ਉਮਰੀ ਨੇ ਤੁਸੀਂ ਸਾਰੇ ਸਿਆਣੇ ਹੋ। ਸਾਨੂੰ ਨਾ ਕਈ ਵਾਰ ਗੱਲਾਂ ਸਾਰੀਆਂ ਪਤਾ ਹੁੰਦੀਆਂ ਜੇ ਅਬਜ਼ਰਵ ਕਰ ਲੈਂਦੇ ਹਾਂ ਪਰ ਸਾਨੂੰ ਨਾ ਅੱਗੇ ਉਹਦਾ ਸਟੈਪ ਨਹੀਂ ਪਤਾ ਹੁੰਦਾ। ਤਾਂ ਇਸ ਤੋਂ ਬਾਅਦ ਅੱਜ ਦੀਪ ਸਿੱਧੂ ਨੇ ਜੋ ਤੁਹਾਨੂੰ ਇੱਕ ਦਸ਼ਾ ਹੀ ਦੱਸੀ ਸੀ ਜਿੱਥੇ ਤੱਕ ਮੈਂ ਠੀਕ ਹੈ ਮੈਂ ਬਹੁਤ ਟਾਈਮ ਤੋਂ ਮੇਰੇ ਨਾਲ ਸਾਰੇ ਤਕਰਾਰ 'ਚ ਵੀ ਨੇ ਪਰ ਹਰ ਇੱਕ ਬੰਦੇ ਦੇ ਆਪਣੇ ਵਿਚਾਰਧਾਰਕ ਮਤਭੇਦ ਵੀ ਹੁੰਦੇ ਨੇ ਅਤੇ ਕੰਮ ਕਰਨ ਦੇ ਤਰੀਕੇ ਵੱਖਰੇ ਹੁੰਦੇ ਨੇ। ਤਾਂ ਕਈ ਵਾਰ ਉਹ ਚੀਜ਼ਾਂ ਸਮੇਂ ਦੇ ਨਾਲ ਇੱਕ ਲਾਈਨਅਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ। ਤਾਂ ਅੱਜ ਮੈਂ ਜਿੱਥੇ ਤੱਕ ਮੈਂ ਦੀਪ ਸਿੱਧੂ ਨੂੰ ਹੁਣ ਦੇਖਿਆ ਜਾਂ ਸੁਣਿਆ ਅੱਜ ਉਹ ਪੰਜਾਬ ਨੂੰ ਉਹਦੀ ਦਸ਼ਾ ਦੱਸ ਗਿਆ ਪਰ ਦਿਸ਼ਾ ਦੱਸਣ ਦਾ ਪਰਮਾਤਮਾ ਨੇ ਉਹਨੂੰ ਟਾਈਮ ਨਹੀਂ ਦਿੱਤਾ। ਤਾਂ ਦਿਸ਼ਾ ਤੁਸੀਂ ਸਾਰਿਆਂ ਨੇ ਲੱਭਣੀ ਹੈ ਖੋਜਣੀ ਹੈ। ਤਾਂ ਉਹਦੇ ਵਿੱਚੋਂ ਮੈਂ ਜੋ ਸੋਚਣਾ ਮੈਂ ਇਹੀ ਸੋਚਣਾ ਵੀ ਤੁਸੀਂ ਆਪਣੀਆਂ ਅਗਲੀਆਂ ਜਨਰੇਸ਼ਨਾਂ ਨੂੰ ਜਾਂ ਜੋ ਤੁਸੀਂ ਅੱਜ ਖੜ੍ਹੇ ਹੋ ਤਾਂ ਤੁਸੀਂ ਇੱਕ ਸਿਸਟਮ ਦਾ ਇੱਕ ਪੋਲੀਟੀਕਲ ਸਿਨੈਰੀਓ ਦਾ ਅਧਿਐਨ ਜ਼ਰੂਰ ਕਰਨਾ। ਇਤਿਹਾਸ ਦੀ ਨੌਲੇਜ ਸਾਡੇ ਕੋਲ ਬਹੁਤ ਹੈ, ਇਤਿਹਾਸ ਦਾ ਬਲ ਸਾਡੇ ਕੋਲ ਬਹੁਤ ਹੈ, ਇਤਿਹਾਸ ਦੀ ਤਾਕਤ ਸਾਡੇ ਕੋਲ ਬਹੁਤ ਹੈ, ਪਰ ਸਮੇਂ ਦੇ ਹਾਣੀ ਬਣ ਕੇ ਅੱਗੇ ਪੈਰ ਪੱਟਣਾ ਸਾਨੂੰ ਸਿੱਖਣਾ ਪੈਣਾ ਹੈ। ਤਾਂ ਆਪਣੀ ਜਨਰੇਸ਼ਨਾਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਸਾਨੂੰ ਉਸ ਕਾਬਲ ਬਣਾ ਕੇ ਉਸ ਕਲਮ ਨਾਲ ਉਸ ਬੁਲੰਦ ਆਵਾਜ਼ ਨਾਲ ਇਸ ਸਿਸਟਮ ਦੇ ਵਿੱਚ ਤਾਰਨਾ ਪੈਣਾ। ਜਿਵੇਂ ਆਪਾਂ ਸੋਚਦੇ ਹੁੰਦੇ ਹਾਂ ਨਾ ਵੀ ਕਿਸੇ ਪਾਣੀ ਜਾਂ ਲੀਕੁਇਡ ਦੇ ਵਿੱਚ ਲੀਕੁਇਡ ਜਦੋਂ ਪੈਂਦਾ ਜਾਂ ਉਸ ਨੂੰ ਪਾਣੀ ਨੂੰ ਸਾਫ਼ ਕਰਦਾ, ਤਾਂ ਅਸੀਂ ਅੱਜ ਇਸ ਤਰੀਕੇ ਸਿਸਟਮ ਦੀਆਂ ਕਰੀਤੀਆਂ ਦੂਰ ਕਰ ਸਕਦੇ ਹਾਂ। ਜੇ ਅਸੀਂ ਅੱਜ ਕਿ ਸੋਚੀਏ ਇੱਕ ਤਕਰਾਰ ਦੇ ਵਿੱਚ ਪੈ ਕੇ ਜਾਂ ਇੱਕ ਬਹਿਸ ਜਾਂ ਇੱਕ ਹੋਰ ਲੜਾਈ ਦੇ ਵਿੱਚ ਪੈ ਕੇ ਇਸ ਚੀਜ਼ ਨੂੰ ਅਸੀਂ ਆਪਣਾ ਜ਼ਿਆਦਾ ਨੁਕਸਾਨ ਕਰਾ ਲੈਂਦੇ ਹਾਂ। ਇਸ ਕਰਕੇ ਸਿਸਟਮ ਆਪਾਂ ਇੱਥੇ ਸਾਰੇ ਜਿੰਨੇ ਵੀ ਇਕੱਠੇ ਹੋਏ ਹਾਂ ਨਾ, ਇਹਦਾ ਮਤਲਬ ਇਹ ਹੈ ਕਿ ਅਸੀਂ ਜਾਗਦੀ ਜ਼ਮੀਨ ਵਾਲੇ ਲੋਕ ਹਾਂ, ਜਿਨ੍ਹਾਂ ਦੇ ਦਿਲ ਦੇ ਅੰਦਰ ਆਪਣੇ ਪੰਜਾਬ ਵਾਸਤੇ ਅਤੇ ਸਾਡੇ ਉਹ ਬਾਈ ਵਾਸਤੇ ਅਤੇ ਜਿੰਨੇ ਵੀ ਸਾਡੇ ਖਾੜਕੂ ਸਿੰਘ ਅੱਜ ਤੱਕ ਲੜਦੇ ਰਹੇ ਆ ਉਹਨਾਂ ਵਾਸਤੇ ਦਰਦ ਆ। ਜੇ ਇਹ ਦਰਦ ਨਾ ਹੁੰਦਾ ਆਪਾਂ ਆਪਣੀਆਂ ਬਿਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਕਦੀ ਨਹੀਂ ਸੀ ਆਉਣਾ, ਇਹ ਸ਼ੋਅ ਕਰਦਾ ਇਹ ਚੀਜ਼। ਬਟ ਉੱਥੇ ਨਾਲ ਨਾਲ ਅੱਜ ਦੇ ਟਾਈਮ ਦੇ ਉੱਤੇ ਜੇ ਆਪਾਂ ਯੂਥ ਦੀ ਗੱਲ ਕਰ ਰਹੇ ਹਾਂ, ਇਹ ਸੋਸ਼ਲ ਮੀਡੀਆ ਦਾ ਟਾਈਮ ਆ। ਜੇ ਮੈਂ ਗੱਲ ਕਰਾਂ ਬਾਹਰਲੇ ਮੁਲਕਾਂ 'ਚ ਬੈਠਿਆਂ, ਬਾਈ ਦੀਪ ਸਿੱਧੂ ਦੀ ਸਾਨੂੰ ਜਿਹੜੀ ਆ ਦੁੱਖਦਾਈ ਖਬਰ ਉਹ ਵੀ ਸੋਸ਼ਲ ਮੀਡੀਆ ਥਰੂ ਪਤਾ ਲੱਗੀ ਸੀ, ਇੰਨਾ ਪਾਵਰਫੁੱਲ ਹੈ ਸੋਸ਼ਲ ਮੀਡੀਆ ਅੱਜ ਦੇ ਟਾਈਮ 'ਤੇ। ਬਟ ਮੈਨੂੰ ਬੜੇ ਹੀ ਨਾ ਤੁਸੀਂ ਕਹਿ ਸਕਦੇ ਹੋ ਵੀ ਚਾਹੇ ਮੈਂ ਰੋਸ਼ਨਾ ਕਹਿ ਰਿਹਾ ਜਾਂ ਦੁਖੀ ਹੋ ਕੇ ਕਹਿ ਰਿਹਾ ਕਿ ਸਾਡੇ ਇੱਥੇ ਕਈ ਐਸੇ ਸੋਸ਼ਲ ਮੀਡੀਆ ਪਲੇਟਫਾਰਮਸ ਆ ਜਿਹਦੇ 'ਤੇ ਐਸੇ ਲੋਕ ਹੈਗੇ ਆ ਕਿ ਜਿਨ੍ਹਾਂ ਦੇ ਮਾੜੇ ਮੀਡੀਆ ਚੈਨਲ ਜਿੰਨੇ ਫੋਲੋਵਰ ਆ ਅਤੇ ਉਹਨਾਂ ਨੂੰ ਡੇਲੀ ਵਿਊ ਆਉਂਦੇ ਆ। ਅਤੇ ਬਾਈ ਦੀਪ ਸਿੱਧੂ ਨੂੰ ਅੱਜ ਗਏ ਨੂੰ 3-4 ਦਿਨ ਹੋ ਗਏ ਆ ਅਤੇ ਇੰਨੀ ਜ਼ਿਆਦਾ ਗੁਜ਼ਾਰਿਸ਼ ਕਰਨ ਦੇ ਬਾਅਦ ਵੀ ਕਈ ਲੋਕਾਂ ਤੋਂ ਆਪਣੇ ਅਕਾਊਂਟਾਂ 'ਤੇ ਇੱਕ ਪੋਸਟ ਤੱਕ ਨਹੀਂ ਪਈ। ਚਾਹੁੰਦਾ ਹੈ ਠੀਕ ਹੈ, ਉਸ ਤੋਂ ਬਾਅਦ ਉਹ ਯੋਧਾ ਸੂਰਮਾ ਸਾਡੇ ਲਈ ਸ਼ਹੀਦ ਹੋ ਜਾਂਦੇ। ਅਸੀਂ ਕਿੰਨੇ ਕੁ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਹਾਂ, ਕਿੰਨਾ ਕੁ ਉਹਨਾਂ ਨੂੰ ਪਹਿਚਾਣਦੇ ਹਾਂ। ਸੰਤ ਪਿੰਡਰਾਂ ਵਾਲੇ ਜੀ ਆਏ ਸੀ, ਸਾਨੂੰ ਲੱਗਦਾ ਕਿ ਸਾਨੂੰ ਇੱਕ ਲੀਡਰ ਦੀ ਜ਼ਰੂਰਤ ਹੁੰਦੀ ਆ, ਹਮੇਸ਼ਾ ਅਸੀਂ ਇਹੀ ਸੋਚ ਰਹੇ ਹਾਂ, ਪਰ ਹਰ ਵਾਰ ਅਸੀਂ ਕਦਰ ਨਹੀਂ ਕਰਦੇ। ਬਹੁਤ ਘੱਟ ਲੋਕ ਹੁੰਦੇ ਆ ਕਿ ਜੋ ਉਸ ਚੀਜ਼ ਨੂੰ ਸਮਝਦੇ, ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈ ਨਾ, ਉਹਨਾਂ ਦੀ ਸੋਚ ਉਸ ਲੀਡਰ ਨਾਲ ਮਿਲਦੀ ਹੁੰਦੀ ਹੈ। ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਸੋ ਗੁਰੂਆਂ ਨੂੰ ਲਿਵਿੰਗ ਗੁਰੂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਜਾ ਦਿੱਤਾ ਗਿਆ ਇੱਕ ਪ੍ਰਗਟ ਗੁਰਾਂ ਦੀ ਦੇਹ ਆ। ਸੋ ਇਸ ਨੂੰ ਅਸੀਂ ਆਗੂ ਕਿਉਂ ਨਹੀਂ ਸਮਝਦੇ ਕਿ ਸਾਰੇ ਦੁਨੀਆਂ ਦੇ ਜਿਹੜੇ ਆਂਸਰ ਆ ਉਹ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲ ਜਾਂਦੇ ਆ। ਜਿੰਨਾ ਟਾਈਮ ਸਿੱਖ ਕੌਮ ਦੇ ਕੋਲ ਕੋਈ ਆਗੂ ਨਹੀਂ ਹੁੰਦਾ ਉਹਨਾਂ ਟਾਈਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਆਗੂ ਹੁੰਦੇ ਨੇ। ਅਤੇ ਅਸੀਂ ਉਹਦੀ ਸੋਚ 'ਤੇ ਪਹਿਰਾ ਕਿਵੇਂ ਦੇ ਸਕਦੇ ਹਾਂ, ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਨਾ ਪਊਗਾ। ਜਿੰਨਾ ਟਾਈਮ ਅਸੀਂ ਇਤਿਹਾਸ ਨਹੀਂ ਪੜ੍ਹਾਂਗੇ, ਕਿਤਾਬਾਂ ਨਹੀਂ ਪੜ੍ਹਾਂਗੇ, ਜੇ ਕਿਤਾਬਾਂ ਨਹੀਂ ਪੜ੍ਹ ਸਕਦੇ ਤਾਂ ਅੱਜ ਕੱਲ੍ਹ ਯੂਟਿਊਬ ਦੇ ਉੱਪਰ ਵੀ ਸਾਰਾ ਕੁਝ ਸਾਨੂੰ ਮਿਲ ਜਾਂਦਾ, ਤੁਸੀਂ ਸੁਣ ਸਕਦੇ ਉਹਦੇ ਉੱਤੇ ਹਰ ਵਿਸ਼ੇ ਦੇ ਉੱਤੇ ਆ। ਇਤਿਹਾਸ ਪੜ੍ਹਨਾ ਜਦੋਂ ਅਸੀਂ ਸ਼ੁਰੂ ਕਰਾਂਗੇ ਫਿਰ ਹੀ ਸਾਨੂੰ ਨੌਲੇਜ ਆਊਗੀ ਕਿ ਜੋ ਹੋ ਰਿਹਾ। ਸੋ ਅਸੀਂ ਅਰਦਾਸ ਦੇ ਵਿੱਚ 3 ਟਾਈਮ ਗੁਰੂ ਘਰਾਂ ਦੇ ਵਿੱਚ ਅਰਦਾਸ ਹੁੰਦੀ ਆ, ਉਹਦੇ ਵਿੱਚ ਪੜ੍ਹਿਆ ਜਾਂਦਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਰਾਜ ਖਾਲਸੇ ਦਾ ਸਿਰਫ ਪੜ੍ਹਨ ਨਾਲ ਆ ਜਾਊਗਾ? ਸਾਨੂੰ ਥਾਲੀ ਦੇ ਵਿੱਚ ਰਾਜ ਪਰੋਸ ਕੇ ਕਿਸੇ ਨੇ ਨਹੀਂ ਦੇਣਾ, ਕਿਸੇ ਕੋਲ ਇਹਦਾ ਪ੍ਰੈਕਟੀਕਲੀ ਆਂਸਰ ਹੈਗਾ ਕਿ ਰਾਜ ਕਿਵੇਂ ਆਊਗਾ? ਰੇਡ ਕਰਕੇ ਪਾਕਿਸਤਾਨ ਕੋਲ ਚਲਾ ਗਿਆ ਅਤੇ ਉਸ ਤੋਂ ਬਾਅਦ 47 ਤੋਂ ਬਾਅਦ ਫਿਰ ਪੰਜਾਬ ਨੂੰ ਡਿਵਾਈਡ ਕੀਤਾ, ਪੰਜਾਬ ਨੂੰ ਹੁਣ ਐਡਾ ਕਰਦਾ ਜੋ ਕਿ ਐਡਾ ਹੁੰਦਾ ਸੀਗਾ। ਕਦੇ ਪੁਰਾਣੇ ਪੰਜਾਬ ਦੀ ਫੋਟੋ ਕੱਢਿਓ, ਮੱਲੋ ਮੱਲੀ ਅੱਖ 'ਚੋਂ ਪਾਣੀ ਨਿਕਲੂਗਾ ਕਿ ਸਾਡੇ
70 हजार एक दिन दे विच बंदे कुरबानी दिंदे रहे आ। पूरा अमृतसर शहर सिखां दे खून दे नाल लथपथ होया आ जदों बाबा दीप सिंह 5000 सिंह लैके लड़न दे लई चल गया सीगा। हुण इक लकीर खिंचदी सीगी कि मेरे नाल बंदा उही तुरे जिन्हें कुरबानी देनी आ, ते उही लकीर दीप सिद्धू ने खिंची आ कि बंदा उही तुरे जिन्हें कुरबानी देनी आ। दीप सिद्धू ने गल पहले कह दित्ती सीगी किसानी मोर्चे ते कि मैं शहीद होने लई तैयार हाँ, जे गोली बजूगी मैं पहले नंबर ते आऊंगा। ते साडे कौम दे जिहड़े वी जरनैल हुंदे ना कोई भी लीडर आ पहला लीडर कुरबानी देने लई तैयार हो गया तो पिछे अपने सारे नाल तुरनगे। असी वो देखते सी कि आप बहुत सारे शुरुआत करना चाहते पर सानू पता नहीं कित्थों शुरुआत करिए। फिर एक साडे आपां हुण इन द प्रोसेस एक टीम बनाउण वास्ते कि जिहड़े साडे स्कॉलर आ साडे पंथ विच आपां उहनां तों जिन्होंने जिहड़ी दीप सिद्धू ने बुक रेकमेंड कीती सी आपां उह पढ़ीए चैप्टर बाय चैप्टर ते आपां अपनी नॉलेज नूं वधाईए दुनियावी नॉलेज वधाईए बिकॉज उह आपां लैक करदे थोड़ी जी। जे आपां दुनियावी नॉलेज नूं अगे करोंगे फिर आप एक्शन लै सकते हैं आपां नूं आनंदपुर मतलब उदां दे आपां राइट्स दे उत्ते आपां फाइट कर सकते हैं। जिहड़ी दूजी चीज़ सी कि एजुकेशन, असीं बहुत लकी हैं इस कंट्री च सानूं एजुकेशन असीं एक फ्री सिस्टम अपनी ओन सोच नाल आपां लै सकते हैं ਉਹਦਾ ਪੂਰਾ ਫਾਇਦਾ ਯੂਜ਼ ਕਰੀਏ। ਜਿਹੜੀ ਵੀ ਫੀਲਡ 'ਚ ਆ ਤੁਸੀਂ ਉਹਦੇ 100% ਦਿਓ, ਤੁਸੀਂ ਆਪਦੇ ਜਿਹੜੇ ਖਾਲਸੇ ਦੇ ਵੈਲਿਊਜ਼ ਉੱਥੇ ਸਾਰੇ ਰੈਪ੍ਰਜੈਂਟ ਕਰੋ ਅਤੇ ਉਹ ਉਨਾ ਹੀ ਅੱਗੇ ਜਾ ਕੇ ਸਾਡਾ ਫਾਇਦਾ ਹੋਊਗਾ। ਤੀਜੀ ਗੱਲ ਸੀ ਕਿ ਲੀਡਰਸ਼ਿਪ, ਮੈਨੂੰ ਲੱਗਦਾ ਬਹੁਤ ਜਾਣੇ ਜਿਹੜੇ ਇੱਥੇ ਸੰਗਤ ਜਿਨ੍ਹਾਂ ਨੇ ਸਪੀਚਾਂ ਕੀਤੀਆਂ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਊਗਾ ਕਿ ਉਹ ਸਪੀਚ ਕਰ ਸਕਦੇ ਆ, ਪਰ ਸਾਰਿਆਂ ਨੂੰ ਜੇ ਮੌਕਾ ਮਿਲੇ ਤੁਸੀਂ ਸਾਰੇ ਅੱਗੇ ਵੱਧ ਸਕਦੇ ਹਾਂ ਅਤੇ ਆਪਾਂ ਹੋਰ ਆਪਾਂ ਇੱਦਾਂ ਦੇ ਇਵੈਂਟਸ ਕਰੀਏ ਜਿਹ 'ਚ ਆਪਾਂ ਬੋਲ ਸਕਦੇ ਵੱਖਰੇ ਵੱਖਰੇ ਟੋਪਿਕਸ ਬਾਰੇ। ਸੋ ਜੇ ਤੁਸੀਂ ਅਪਾਰਟ ਹੋਣਾ ਚਾਹੁੰਦੇ ਕਿ ਇੱਕ ਚੇਂਜ ਲਿਆਉਣ ਨੂੰ, ਮੈਂ ਆਪਣਾ ਨੰਬਰ ਭਾਜੀ ਨੂੰ ਦੇ ਦਿੰਦੀ ਹਾਂ ਅਤੇ ਤੁਸੀਂ ਮੈਨੂੰ ਟੈਕਸ ਕਰੋ ਅਤੇ ਆਪਾਂ ਹੁਣ ਅੱਗੇ ਆਪਾਂ ਵੱਧਦੇ ਹਾਂ। ਆਪਾਂ ਹੌਲੀ ਵੱਧਦੇ, ਜੇ ਆਪਾਂ ਸਾਰੇ ਜੋਸ਼ ਹੋਣ ਲੱਗ ਜੂਗੇ ਫਿਰ ਆਪਾਂ ਥੋੜ੍ਹਾ ਜਿਹਾ ਦੇਖ ਸਕਦੇ। ਆਪਾਂ ਹੌਲੀ ਹੌਲੀ ਕਰਕੇ ਆਪਾਂ ਦੇਖੀਏ ਇੱਥੇ ਆਪਾਂ ਆਪਣਾ ਕਿੱਦਾਂ ਆਪਦੇ ਆਪ ਦਾ ਕਿੱਦਾਂ ਸੁਧਾਰ ਕਰ ਸਕਦੇ ਫਿਰ ਆਪਾਂ ਇੰਡੀਆ ਜਾ ਕੇ ਆਪਾਂ ਉਹਨਾਂ ਨੂੰ ਹੈਲਪ ਕਰੀਏ ਬਿਕੋਜ਼ ਉੱਥੇ ਹੀ ਸਾਡੀ ਜ਼ਮੀਨ ਅਤੇ ਜ਼ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਯਾਰ ਇਹ ਬਾਈ ਇੱਕ ਇੱਥੇ ਆਇਆ, ਮੈਂ ਕਿਹਾ ਭਾਈ ਜੁਗਰਾਜ ਸਿੰਘ ਤੂਫਾਨ ਵਰਗਾ ਲੱਗਦਾ ਪੂਰਾ ਵੇਖ ਕੇ। ਬੋਲੇ ਸੋਨਿਹਾਲ ਤੇ ਇਹ ਵੇਖੋ ਸਾਡੇ ਕੋਲ ਨਿੱਕੀਆਂ ਨਿੱਕੀਆਂ ਜਿਹੀਆਂ ਗੱਡੀਆਂ ਛੱਡੀਆਂ ਨਹੀਂ ਜਾਂਦੀਆਂ, ਹੈ ਨਾ, ਐਡਾ ਲਗਜ਼ਰੀ ਲਾਈਫ, ਆਪਣੇ ਦਾ ਪਰਸਨਲ ਜਿੰਮ। ਆਪਾਂ ਸੋਚ ਰਹੀ ਗੱਲ ਵੀ ਵੈਰਾਗ ਤਿਆਗ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੈਰਾਗ ਤਿਆਗ ਦੀ ਮੂਰਤ। ਸਾਨੂੰ ਪਹਿਲਾਂ ਇਹ ਸੋਚਣਾ ਪਊਗਾ ਕਿ ਅਸੀਂ ਵੈਰਾਗ ਤਿਆਗ 'ਚ ਕਿੰਨੇ ਕੁ ਜੋਗੇ ਹਾਂ, ਕਿਉਂਕਿ ਵੈਰਾਗ ਤਿਆਗ ਕਰਕੇ ਹੀ ਕੌਮ ਲਈ ਸਿਰ ਦਿੱਤੇ ਜਾਂਦੇ ਆ। ਸੰਤ ਭਿੰਡਰਾਂ ਵਾਲਿਆਂ ਨੂੰ ਕਿਸੇ ਨੇ ਕੁਐਸਚਨ ਕੀਤਾ ਸੀ ਅਮਰੀਕਾ ਤੋਂ ਵੀ ਤੁਹਾਡੇ ਕੋਲ ਏਡੇ ਏਡੇ ਵੱਡੇ ਵੱਡੇ ਅਮੀਰ ਬੰਦੇ ਆ ਅਤੇ ਤੁਸੀਂ ਹੈ ਨਾ ਕੁੱਲੀ ਵਾਲੇ ਕਮਰੇ 'ਚ ਰਹਿੰਦੇ ਆ, ਅਤੇ ਸੰਤਾਂ ਦਾ ਜਵਾਬ ਸੀ ਅੱਗੋਂ ਕਿ ਕੁੱਲੀ ਵਾਲਿਆਂ ਨੇ ਸਰਕਾਰ ਦੀਆਂ ਜੜ੍ਹਾਂ ਹਾਈਆਂ, ਕਦੇ ਮਹਿਲਾਂ ਵਾਲਿਆਂ ਨੇ ਸਰਕਾਰ ਦੀ ਅੱਖ 'ਚ ਅੱਖ ਨਹੀਂ ਪਾਈ। Today we have all come to pay our respect to Shahid Deep Singh Sidhu. A lot of us had educations and degrees, but Deep Sidhu had three very striking qualities. One, he had a lot of knowledge of Sikh history and respect for the Shahid, had an enlightened mind and very clear vision for everything, traveled the world, was a lawyer and studied geopolitics. Two, he put a lot of trust and faith into Guruji. A lot of us could have these two qualities, but the third one made Deep Sidhu so unique because he left his luxuries to do seva for the Panth and Punjab, inspired the youth of Punjab and all around the world to get involved in the Kisan Morcha. Not a lot of us would put ourselves forward for seva. The whole Panth is in a state of grief and it is a huge loss for Punjab. We didn't listen to what Deep Sidhu had to say. We chose to be spectacle and doubted his intentions.
He really wanted to serve the Panth and Punjab, but we didn't understand. We unite over a tragedy, but other times we attack each other as sworn enemies. This has to stop. We must learn to stop falling for the division politics and unite over common goals. It shouldn't take a tragedy to unite us. Once again, our Gom has lost Jurnal, whose intentions were very pure. This loss is huge for the Panth and will take a very long time to fill this gap. Let's take away three things out of this grief and tragedy. One, if someone is fighting for our rights, we should participate at the front. Two, if we can't participate, we should support them. Three, if you can't participate or support them, then we shouldn't create any trouble or obstacles for them on the path for our rights. My aspiration today is to learn about Sikh history and to gain knowledge. I truly believe Deep Singh Sidhu is our Gommi Shaheed for our generation. थले डिगूगा सुक जूगा खत्म हो जाऊगा इन्हों नहीं पता अही सीड बीज जिथे वट के सुटो गए उ तो हजारा होर पैदा हो जाऊगा एक भाई ने होर गल की सी के सानू आटे दाल स्कीम दे लाता कोई अही सारी दुनिया नू लंगर छकाउंदे फिरदे अही आटे दाले दे भुखे मरने ये चीज किन्नी जरूरी मतलब कि जबरदस्ती हाथ दे विच कौला फड़ाई जांदे आ वी तुहानू 2 रुपए किलो दाल ते 4 रुपए किलो आटा यार सानू लोड़ ही नहीं की पंजाब इज नोन एज दी ब्रेड बास्केट ऑफ इंडिया सारे पंजाब नू ब्रेड बास्केट ऑफ इंडिया कहा जांदा वा दीप सिद्धू दी सोच एहो जिहा मुद्दा ए असी हीरा गवा लिया वा पर इनू एहो जे हीरे चलो जे आप इतने एकत्र होए मैं दुनिया भर के मैं समझता एहो जे समागम होए हो आप जे कहीं कुछ गवाई दा वा तो ये तो यह जरूर करीदा वा कि जे कुछ गवाया वा तो वो बाद असी कुछ सीखीए वो चो कुछ क्ढीए हूँ जितना दो तीन चीज़ा ही सिर्फ मैं ये कहूँगा कि वो अपनी एजुकेशन अपना इतिहास वो जुड़ो तो आते इत ही ना भुल ना जायो बोलते सो मेरा अपना विश्वास है मैं एक हिंदू परिवार तो बैकग्राउंड तो पर मैं जो इतने आया जो गुरु साहब ने सेवा ली मेरे तो जो मुझे संगत मिली इतने सो मेरा आपका जिंदगी डिसीजन है कि मैं ये रस्ता तैयार करना है सो की होंगे है कि जो तुम कित तुरते हो तो राह च औकड़ा आदि लाइक मैं अपनी गल करा कि जो मैं इधर तुरना सी गुरु साहब वालों राह च औकड़ा आई फैमिली के परिवार दियाँ सो मैं उतो सीखने मिले कि औकड़ा जरा सीखी है ना ये खंडे तिखी है जो सीखी कमानी है तो तुम अपना तन मन धन गुरु साहब को देना पैना है तो ये श्रद्धांजलि देने लई सानू अपने परिवारां च जदों बहने ऐसी रंगत बननी पैनी है कि उन्हां दी ही गल होवे गुरबाणी दी ही गल होवे ते तां ही असीं उन्हां दी सोच नूं बचा सकदे हां ते जिहड़ा मेरा एक गुस्सा ते थोड़ा जज्बा मैं देखिया मतलब कई दिनों तो फेसबुक ते देख रहा सीगा जिदा अकाली ते कांग्रेसी आपां देख चुके हां अकाली शब्द नहीं माड़ा मैं बादलों की गल कर रहा आपां देख चुके हां भी उन्हां ने तां पंजाब लई कीता कुछ नहीं हुण एक नवी एक नसल कह सकते हैं झाड़ू भगतों की आई है जो अजिहा कुछ बोल रहे ने साडे शहीदां नूं जिदा उन्होंने ना ही अपने भाई हवारा जी के पिता तक नूं नहीं बख्शिया भाई राजवाणा जी नूं नहीं बख्शिया
ਤੇ ਉਹ ਕਿਸੇ ਨੂੰ ਵੀ ਨਹੀਂ ਬਖਸ਼ ਰਹੇ ਤੇ ਉਹ ਜੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਉਹ ਸਾਨੂੰ ਕਹਿੰਦੇ ਨੇ ਤੁਸੀਂ ਧਰਮ ਤੋਂ ਉੱਤੇ ਉੱਠ ਕੇ ਸੋਚ ਨਹੀਂ ਸਕਦੇ ਤਾਂ ਉਹਨਾਂ ਨੂੰ ਮੈਂ ਆਹ ਸਟੇਜ ਤੋਂ ਕਹਿਣਾ ਚਾਹੁੰਦਾ ਕਿ ਜਿਸ ਧਰਮ ਲਈ ਚਾਰ ਪੁੱਤ ਵਾਰ ਦਿੱਤੇ ਗਏ ਹੋਣ ਜਿਸ ਧਰਮ ਲਈ ਐਡੀਆਂ ਕੁਰਬਾਨੀਆਂ ਦੇ ਦਿੱਤੀਆਂ ਗਈਆਂ ਹੋਣ ਉਸ ਧਰਮ ਤੋਂ ਅਸੀਂ ਮੁਨਕਰ ਕਦੇ ਵੀ ਨਹੀਂ ਜ਼ਿੰਦਗੀ 'ਚ ਹੋ ਸਕਦੇ ਇੰਨੀ ਕੁ ਮੇਰੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਹੀ ਬਹੁਤ ਜ਼ਿਆਦਾ ਟਾਈਮ ਹੋ ਚੁੱਕਿਆ ਮੈਂ ਆਪਣੇ ਆਪ ਦੀ ਕੋਈ ਸ਼ਖਸੀਅਤ ਨਹੀਂ ਕਿ ਮੈਂ ਦੀਪ ਸਿੱਧੂ ਜੀ ਬਾਰੇ ਬੋਲ ਸਕਾਂ ਉਸ ਵੀਰ ਨੇ ਜੋ ਸਾਡੇ ਦਿਲਾਂ ਦੇ ਵਿੱਚ ਸਿੱਖੀ ਵਾਸਤੇ ਸਿੱਖੀ ਦੇ ਪਿਆਰ ਵਾਸਤੇ ਜੋ ਜੋਤ ਜਗਾ ਦਿੱਤੀ ਹੈ ਉਹਦੇ ਨਾਲ ਦੀ ਮਿਸਾਲ ਨਹੀਂ ਮਿਲ ਸਕਦੀ ਅਤੇ ਗੁਰੂ ਮਹਾਰਾਜ ਸਾਰੇ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਅੱਜ ਦਾ ਜਿਹੜਾ ਸਾਡਾ ਜਿਹੜਾ ਸ਼ਰਧਾਂਜਲੀ ਸਮਾਰੋਹ ਸੀ ਜੀ ਕੋਲਮਾਰ ਰੋਡ 'ਤੇ ਸ਼੍ਰੀ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਆਪਾਂ ਹੁਣ ਵਾਇੰਡ ਅਪ ਕਰਤਾ ਹੈ ਜੀ ਇਨਵੈਂਡ ਕਰਦੇ ਹਾਂ ਆਪਣੇ ਆ ਸਾਰੇ ਵੀਰਾਂ ਦਾ ਸਹਿਯੋਗ ਰਿਹਾ ਜੀ ਬਹੁਤ ਬਹੁਤ ਵਧੀਆ ਵਧੀਆ ਬੁਲਾਰੇ ਵੀ ਆਏ ਆ ਜੀ ਇੱਥੇ ਅਤੇ ਸਾਰਾ ਕੁਝ ਬਹੁਤ ਵਧੀਆ ਰਿਹਾ ਜੀ ਗੁਰੂ ਦੀ ਕਿਰਪਾ ਦੇ ਨਾਲ ਤਾਂ ਆਓ ਸਾਰੇ ਆਪਾਂ ਕਿਸੇ ਵੀ ਦੇਸ਼ਾਂ 'ਚ ਕਿਤੇ ਵੀ ਬੈਠੇ ਹਾਂ ਚਾਹੇ ਪੰਜਾਬ ਬੈਠੇ ਜਾਂ ਕਿਸੇ ਮੁਲਕ 'ਚ ਬੈਠੇ ਹਾਂ ਆਓ ਉਸ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਅਰਦਾਸ ਕਰੀਏ ਬਾਈ ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਵਾਹਿਗੁਰੂ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਜੀ ਇਹੋ ਚਰ ਇਹੋ ਐਂਡ 'ਤੇ ਗੱਲ ਕਰਦੇ ਹੋਏ ਭੁੱਲਾਂ ਚੁੱਕਾਂ ਮਾਫ਼ ਕਰ ਦਿਓ ਜੀ ਫਤਿਹ ਸਾਂਝੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ